ਸਤਿ ਸ਼੍ਰੀ ਅਕਾਲ ਜੀ ਸਾਰਿਆਂ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਪੂੰਗਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸ਼ੇਰੇ ਭਾਈ ਹੋਣਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ 'ਤੇ ਫਿਰ ਤੁਹਾਨੂੰ ਇੱਕ ਆ ਗੱਬਨ ਗਾ ਅਤੇ ਦੋ ਸੂਈਆਂ ਸਵਾਈਆਂ ਗਾਵਾਂ ਤੁਹਾਨੂੰ ਦਿਖਾਵਾਂਗੇ। ਗੱਲਬਾਤ ਨਾਲ ਆਪਾਂ ਹੁਣ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਜੀ, ਵਧੀਆ, ਕਿਰਪਾ ਜੀ। ਚਲੋ ਵਧੀਆ, ਕਿਰਪਾ ਚਾਹੀਦੀ ਜੀ। ਅਤੇ ਨਾਮ ਦੱਸ ਦਿਓ ਕਰੀ। ਨਾਂ ਆਪਣਾ ਸ਼ਮਸ਼ੇਰ ਸਿੰਘ, ਪਿੰਡ ਬੂੰਗਾ, ਤਹਿਸੀਲ ਨਾਲ, ਡਿਸਟ੍ਰਿਕਟ ਅੰਮ੍ਰਿਤਸਰ। ਅਤੇ ਫੋਨ ਨੰਬਰ ਵੀ ਬੋਲਦਾ? ਫੋਨ 75-290-7184। ਠੀਕ ਹੈ। ਅੱਜ ਦੋ ਬੱਚੇ ਵਾਲੀਆਂ ਅਤੇ ਇੱਕ ਗੱਬਣ ਆ, ਹੈ ਨਾ? ਹਾਂਜੀ ਤਾਜ਼ੀ ਸੂਈ ਬਸ। ਠੀਕ ਹੈ। ਅਤੇ ਚਲੋ ਸ਼ੁਰੂਆਤ ਆ ਪਹਿਲੇ ਨੰਬਰ 'ਤੇ, ਜਿਹੜੀ ਤਾਜ਼ੀ ਸੂਈ ਆ ਨਾੜੂ ਬੱਚੇ ਦਾ ਨਾਲ ਹੀ ਆ। ਇਹ ਹਰ ਬੀਬੀ ਜੀ ਪਹਿਲਾ ਸੂਆ ਸੂਈ ਵਸੀ। ਅੱਛਾ, 4 ਦਿਨ ਹੋਏ ਸੂਈ ਨੂੰ ਵਸੀ ਨੂੰ। ਠੀਕ ਆ। ਹਾਂਜੀ, ਇਹਦੇ ਥੱਲੇ ਬੌਲਾ ਹੀ ਆ, 10 ਕਿਲੋ ਦੀ, 9 ਕਿਲੋ ਮੰਨੋ ਇਹ ਥੱਲੇ ਕੰਡੇ ਵਾਲਾ। ਤੇ ਕਿੰਨਾ ਚਵਾਈ ਜਾਊਗੀ ਦੁੱਧ ਭਾਜੀ? 11-12 ਕਿਲੋ ਚਵਾਈ ਜਾਊ, ਗਰਮੀ ਦੀ ਪਰਵਾਹ ਨਹੀਂ ਇਹਨੂੰ। ਠੀਕ ਆ। ਹੁਣ ਪੱਕਾ ਕਿੰਨਾ ਤਿਆਰ ਹੈ? ਪੱਕਾ ਕੰਡੇ ਵੀਰ ਲੈ ਆਵੇ ਕੋਈ 9 ਕਿਲੋ ਕੰਡੇ ਵਾਲਾ, ਬਿਲਕੁਲ ਤਿਆਰ ਹੈ ਜਿਹੜਾ। ਤੇ ਉਸ ਤਰ੍ਹਾਂ ਠੰਡੀ ਸੀਲ ਆ, ਬਾਕੀ ਕੱਦ ਬਹੁਤਾ ਉੱਚਾ ਨਹੀਂ ਆ, ਠੀਕ ਠਾਕ ਜਿਹਾ ਕੱਦ ਆ। ਇਹ ਕਿ ਗਰਮੀਆਂ 'ਚ ਚੋਣ ਵਾਲੀ ਹੈ, ਨੋਰਮਲ ਕੱਦ ਦੀ ਆ। ਥੱਲਿਆਂ ਸਫਾਈ 'ਚ ਆਪਣੇ ਕੱਦ ਵਜੂਦ ਦੇ ਹਿਸਾਬ ਨਾਲ। ਦਿਖਾ ਦਿਓ ਇੱਕ ਵਾਰੀ ਚਵਾ, ਤੁਹਾਨੂੰ ਦਿਖਾ ਦਿੰਦੇ, ਠੰਡੀ ਸੀਲ ਦਾ ਪਤਾ ਲੱਗ ਜਾਂਦਾ ਹੈ। ਹੈਗੀ ਕ੍ਰੋਸ 'ਚ ਆਪਾਂ, ਕਿੰਨੇ ਕਿੰਨੇ ਸਿੰਘ ਇਹਦੇ ਹੈਗੇ ਆ, ਇੱਕ ਵਾਰੀ ਦਿਖਾ ਦਈਏ ਤੁਹਾਨੂੰ ਚਿਹਰੇ ਤੋਂ। ਆਹ ਦੇਖ ਸਕਦੇ, ਮੋਟਾ ਮੋਟਾ ਸਿੰਘ, ਛੋਟੇ ਛੋਟੇ ਹੀ ਆ ਜਿਹੜੇ। ਅਤੇ ਹੈਗੀ ਜਰਸੀ ਕ੍ਰੋਸ ਆ, ਜਰਸੀ ਸਾਹੀਵਾਲ ਕ੍ਰੋਸ। ਸਾਨੂੰ ਦੇਖ ਸਕਦੇ ਇਹਦੇ ਪਸਮ ਕੇ। ਬਾਕੀ ਅਜਿਹਾ ਮੇਲੇ ਮੁਲੇ ਤੋਂ ਸ਼ੁਰੂ ਹੋਣਾ ਜੀ। ਠੀਕ ਆ। ਤੇ ਕਿੰਨਾ ਫਿਰ ਮੁੱਲ ਇਹਦਾ? ਚੰਗੇ ਗੈਪ ਦੇ ਥਾਣੇ ਆ, ਤੇ ਗੁਲਾਬੀ ਰੰਗ ਦਾ ਥਾਣਾ, ਕਾਫੀ ਖੂਬਸੂਰਤ ਆ। ਇਹਨਾਂ ਕਿੰਨਾ ਚਿਰ ਹੋ ਗਿਆ ਸੂਈ ਨੂੰ? 40-42 ਵੀ ਕਾਫੀ ਕਮਾਲ ਦੀ ਆ ਇਹਦੇ ਮਗਰ, ਸੋਹਣੀ ਵੱਛੀ ਆ ਜਿਹੜੀ, ਥੋੜੀ ਉੱਚੇ ਬੱਚੇ ਦੀ ਆ। ਤੇ ਕਿੰਨਾ ਇਹਦੇ ਕੋਲ ਦੁੱਧ? ਦੁੱਧ ਹਰ ਬੀਬੀ ਜੀ ਕੰਡੇ ਵਾਲਾ 12 ਲੀਟਰ ਹੋਊਗਾ ਥੱਲੇ। ਪੱਕਾ ਦੁੱਧ ਹੈਗਾ 12 ਲੀਟਰ? ਪੱਕਾ ਭਾਜੀ। ਠੀਕ ਆ, ਤੋਰ ਦੋ। ਕੱਦ ਕਾਠ ਚੰਗਾ ਵਾ ਤੇ ਰੰਗ ਰੂਪ ਵੀ ਸੋਹਣਾ ਵਾ। ਦੁੱਧ 12 ਲੀਟਰ ਮੌਕੇ ਤੇ ਤਿਆਰ ਦੱਸਦੇ ਆ। ਠੀਕ ਆ, ਇਹ ਵੀ ਠੰਡੀ ਸੀਲ ਆ, ਇਹਦਾ ਵੀ ਚਵਾ ਜਿਹੜਾ ਕਹਿੰਦੇ ਕਿ ਦਿਖਾਈ ਦੀ ਆ। ਤੇ ਆਹ ਵੱਛੀ ਆ ਜਿਹੜੀ ਇਹਦੀ, ਤੇ ਥਣ ਥਣ ਵੀਰ ਜੀ ਓਕੇ ਇਹਦੇ? ਓਕੇ ਓਕੇ ਭਾਜੀ,
ਧਾਰ ਦਾ ਨਾ ਫਰਕ ਹੋਊਗਾ। ਠੀਕ ਆ, ਤੁਰਨ ਲੱਗਿਆ ਥੋੜਾ ਜਿਹਾ ਬਾਈ ਦਾ ਫਰਕ ਦਿਖਾਉਂਦੀ ਨਾ, ਬਾਜੀ ਰੱਖਦੀ ਆ ਵਸੀ ਚੋਗੀ ਸਵੇਰੇ ਓਦਾਂ ਨਹੀਂ। ਅੱਛਾ, ਓਦਾਂ ਮਤਲਬ ਐ ਓਕੇ, ਬਿਲਕੁਲ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਹੈ ਨਾ। ਤੇ ਬਾਕੀ ਇਹ ਆ ਕਿ ਉਹ ਤਰ੍ਹਾਂ ਵੈੜ ਵੀ ਸੋਹਣੀ ਆ ਤੇ ਮਗਰ ਵੱਛੀ ਵੀ ਸੋਹਣੀ ਆ ਹਨਾ। ਤੇ ਬਾਕੀ ਥਣ ਚਵਾਬ ਥਣ ਵੀ ਸੋਹਣਾ ਲੱਗਾ ਵਾ, ਚਵਾਬ ਵੀ ਤੁਹਾਨੂੰ ਹੁਣੇ ਦਿਖਾ ਦਿੰਦੇ ਆ। ਬਾਕੀ ਜੇ ਕੋਈ ਸਾਂਭ ਵਾਲਾ ਕੋਈ ਲੈ ਜੂਗਾ ਤੇ ਮਗਰ ਵੱਛੀ ਵੀ ਜਲਦੀ ਤਿਆਰ ਹੋ ਜੂਗੀ, ਕਿਉਂਕਿ ਸਾਂਭੀ ਸੂੰਭੀ ਆ ਮਗਰ ਵੀ ਵੱਛੀ, ਇਹ ਵੀ ਨਹੀਂ ਕਿ ਜਾਂ ਲਿੱਸੀ ਆ, ਇਹ ਸਿੰਘ ਦਗਾਏ ਨਹੀਂ ਆ, ਉਤਰਾ ਹੀ ਚੰਗੇ ਟੀਕੇ ਦੀ ਵੱਛੀ ਆ। ਹਾਈਟ ਲੈਂਥ ਚੰਗੀ ਆ, ਹਾਂ ਦੇਖ ਸਕਦੇ ਥਾਣੇ ਦੇ ਲਾਗੇ ਥਾਣ ਬਹੁਤ ਵਧੀਆ ਲੱਗਾ ਜੀ। ਅਜੀ ਗਿਰਨਾ ਤੇ ਬੜਾ ਥਾਣੇ ਬਹੁਤ ਮੋਟੀ ਧਾਰ ਜੀ। ਮੈਂ ਠੀਕ ਆ, ਦੂਸਰੇ ਪਾਸੇ ਤੁਹਾਨੂੰ ਥਾਣੇ ਕਰੀ ਤੁਹਾਨੂੰ ਦਿਖਾ ਦਈਏ, ਹਾਂ ਦੇਖ ਸਕਦੇ ਇਹ ਕਸ਼ਾਂਗ ਜੀ ਨਾਲ ਵੱਖਰੀ ਲੱਗੀ ਹੈ, ਭਾਜੀ ਆ ਗਏ ਇਹ ਵੱਖਰੀ ਆ ਜੀ, ਉਦਾਂ ਹੀ ਵੱਖਰੀ ਹੈ ਬਾਕੀ ਚੱਲਦੀ ਨਹੀਂ। ਤੇ ਕਿੰਨਾ ਫਿਰ ਵਿਧੀਆ ਦਾ ਮੁੱਲ ਮਗਰ ਚਲੋ ਵੱਛੀ ਵੀ ਚੰਗੇ ਟੀਕੇ ਦੀ ਆ ਤੇ ਆਪ ਵੈੜ ਚਲੋ ਸੋਹਣੇ ਕੱਦ ਕੱਟਦੀ ਆ ਤੇ ਖਾਣ ਹਵਾਨੇ ਦੀ ਵੀ ਸਫਾਈ ਚ ਤੇ ਦੁੱਧ 12 ਲੀਟਰ ਘਰੋਂ ਜਿਹੜਾ ਚਵਾ ਦੋਗੇ। ਠੀਕ ਆ, ਹੁਣ ਇੱਕ ਆ ਗੱਭਣ ਆ ਥਾਣੇ, ਇਹਦੇ ਕੋਲ ਵੀ ਚੰਗਾ ਲੱਗਾ ਹੈ, ਆਹ ਦੇਖ ਸਕਦੇ ਜੀ ਤੋਰ ਦਿਓ ਇਹਨਾਂ ਵੀ ਇੱਕ ਵਾਰੀ, ਇਹ ਥੋੜ੍ਹੀ ਜਿਹੀ ਸਾਂਭ ਇਹਦੀ ਘੱਟ ਹੋਈ ਆ, ਕੱਦ ਕੱਠ ਇਹਦਾ ਵੀ ਚੰਗਾ ਵਾ ਤਾਂ। ਅੱਜ ਲੈ ਠੀਕ ਆ, ਤੇ ਇਹ ਵਿੱਚ ਕਿੰਨਾ ਕੁ ਦੁੱਧ ਚਵਾਈ ਜਾਊਗੀ? ਦੁੱਧ ਹਰ ਵੀ ਭਾਜੀ ਗਰਮੀ ਗੁਰਮੀ ਆ, 13-14 ਕਿਲੋ ਖੁੱਲਾ ਚਵਾਈ ਜਾਊਗੀ। ਤੇ ਇਹਦਾ ਮੁੱਲ? ਮੁੱਲ ਹਰ ਵੀ ਭਾਜੀ ਤੁਹਾਨੂੰ ਪਤਾ ਰਾਜੀ ਹੁੰਦੀ ਜਿੰਨਾ ਮਰਜ਼ੀ ਕਰੀ ਜਾਂਦੇ, ਹਾਂਜੀ ਜਾਇਜ਼ ਹੀ ਦੇ ਦੇਣੀ ਆਪਾਂ। ਕਿੰਨੇ ਦੀ? 30,000 ਦੀ ਭਾਜੀ ਦੇ ਦਾਂ। 30,000 ਦੀ ਵਿੱਚੋਂ ਕਰ ਦਾਂ ਛੋਟ ਛੋਟ? 1,000 ਰੁਪਇਆ ਛੋਟ ਕਰ ਦਾਂ। ਅੱਛਾ, 28,000 ਦੀ ਭਾਜੀ ਦੇ ਦਾਂਗੇ ਕਿ ਵੀ ਭਰਾ ਸਾਹਿਬ ਨੂੰ ਵੈੜ ਭਾਜੀ 2-4 ਦਿਨ ਦੇ ਲੈ ਜਾਣੇ ਆ। ਠੀਕ ਆ, ਸੇਵਾ ਸੁਵਾ ਕਰਦੇ ਬਾਕੀ ਠੰਡੀ ਸੀਲ ਵੈੜ ਚ, ਬਾਕੀ ਇਹ ਆ ਕਿ ਸਾਰੀਆਂ ਗਰਮੀਆਂ ਇਹਨੇ ਵੀ ਦੁੱਧ ਚਵਾਉਣਾ ਵਾ, ਬਾਕੀ ਵੀਰਾ ਖਾਣ ਤੋਂ ਬੜਾ ਵਧੀਆ ਲੱਗਾ। ਠੀਕ ਆ, ਤੇ ਠੀਕ ਆ ਵਿਦਿਆ, ਹੋਰ ਕੁਝ ਕਹਿਣਾ? ਮੀਆਂ ਸਵਾਈਆਂ ਭਾਜੀ ਕੋਈ ਚੈੱਕ ਪਾਸ ਚੋਗੇ ਖੜੇ ਆਪਣਾ, ਆਪਣੀ ਪਾਸ ਕਰਕੇ ਤਸੱਲੀ ਕਰਕੇ ਖੜੇ। ਠੀਕ ਆ ਜੀ, ਸੂਈਆਂ ਦੀ ਆਪਣੀ ਇੱਥੇ ਤਸੱਲੀ ਕਰਕੇ ਆਪਣੀ ਸਮਝਣਾ, ਆਪਣੀ ਮਰਜ਼ੀ ਨਾਲ ਵੇਚ ਚਾਹ ਕੇ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।